ਸਤਿ ਸ਼੍ਰੀ ਅਕਾਲ। ਅਸੀਂ ਆਮ ਆਦਮੀ ਪਾਰਟੀ ਸੰਗਰੂਰ ਦੇ ਵਲੰਟੀਅਰ ਜੋ ਕਿ ਸਵੇਰੇ 6 ਵਜੇ ਦੇ ਮਿਹਨਤ ਕਰਨ ਲੱਗੇ ਹੋਏ ਆ, ਝੰਡੀਆਂ ਤੇ ਫਲੈਕਸਾਂ ਲਾਉਣ ਲੱਗੇ ਹੋਏ ਆ। ਤੁਹਾਡੇ ਸਾਹਮਣੇ ਜੋ ਕਿ ਇਹ ਵੈਨ ਖੜੀ ਹੈ, ਕਮੇਟੀ ਦੀ ਵੈਨ ਹੈ, ਕਮੇਟੀ ਦੇ ਮੁਲਾਜ਼ਮ ਖੜੇ ਨੇ। ਇਸ ਵੈਨ ਦੇ ਵਿੱਚ ਸਿਰਫ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਨੇ, ਨਾ ਕਿ ਕਿਸੇ ਅਕਾਲੀਆਂ ਦੀ ਜਾਂ ਨਾ ਹੀ ਕਿਸੇ ਕਾਂਗਰਸੀ ਦੀਆਂ। ਕਿਉਂ? ਕਿਉਂਕਿ ਇਹਨਾਂ ਦੇ ਅਫਸਰਾਂ ਨੂੰ ਅਕਾਲੀਆਂ ਦੇ ਫੋਨ ਆਏ ਹੋਏ ਆ ਕਿ ਝੰਡੀਆਂ ਲਾ ਦਿਓ, ਆਮ ਆਦਮੀ ਪਾਰਟੀ ਦੀ ਵਿਜ਼ੀਬਿਲਟੀ ਵਧਣ ਲੱਗੀ ਹੈ। ਸੋ ਮੈਂ ਸਾਰਿਆਂ ਨੂੰ ਜਾਗਰੂਕ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਵੋਟਾਂ ਪਾਓ, ਇਹਨਾਂ ਨੂੰ ਹਰਾਓ, ਇਸ ਗੁੰਡਾਗਰਦੀ ਰਾਜ ਨੂੰ ਅਸੀਂ ਖਤਮ ਕਰਨਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਜੋ, ਅਸੀਂ ਤੁਹਾਨੂੰ ਦਿਖਾਉਂਦੇ ਆ ਇਸ ਵੈਨ ਦੇ ਵਿੱਚ ਕੱਲੀਆਂ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਨੇ, ਨਾ ਕਿਸੇ ਕਾਂਗਰਸ ਦੀ ਇੱਕ ਵੀ ਝੰਡੀ ਹੈ ਤੇ ਨਾ ਹੀ ਕਿਸੇ ਅਕਾਲੀ ਦੀ ਇੱਕ ਵੀ ਝੰਡੀ ਹੈ। ਟੋਕਰੇ ਇੱਕ ਲੱਭੀ ਹੈ ਤੇ ਇਹ ਤੁਸੀਂ ਦੇਖ ਸਕਦੇ ਹੋ, ਸਾਰੀਆਂ ਹੀ ਆਮ ਆਦਮੀ ਪਾਰਟੀ ਦੀਆਂ ਝੰਡੀਆਂ ਪਈਆਂ ਨੇ। ਇਹ ਵੈਨ ਹੈ ਜਿਹੜੀ, ਇਹ ਮੁਲਾਜ਼ਮ ਖੜੇ ਹੈ ਜਿਹੜੇ ਕਿ ਕਮੇਟੀ ਵੱਲੋਂ ਆਏ ਹੈ, ਕਮੇਟੀ ਸੰਗਰੂਰ ਵੱਲੋਂ। ਇਹ ਆਪਦੇ ਅਫਸਰਾਂ ਦੇ ਹੁਕਮ ਤੇ ਕੰਮ ਕਰ ਰਹੇ ਨੇ। ਇਹਨਾਂ ਨੇ ਸਾਨੂੰ ਸਾਫ਼ ਦੱਸਿਆ ਕਿ ਜਿਵੇਂ ਸਾਨੂੰ ਅਫਸਰ ਹੁਕਮ ਕਰਦੇ ਆ ਅਸੀਂ ਉਵੇਂ ਕਰਦੇ ਹਾਂ। ਅਫਸਰਾਂ ਦਾ ਸਾਨੂੰ ਸਾਰਿਆਂ ਨੂੰ ਪਤਾ ਕਿ ਕਿੱਥੋਂ ਹੁਕਮ ਆਉਂਦੇ ਆ, ਕਿੱਥੋਂ ਨਹੀਂ ਹੁਕਮ ਆਉਂਦੇ ਆ। ਸੋ ਸਾਰਿਆਂ ਨੂੰ ਆਪਾਂ ਨੇ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਇਸ ਵੀਡੀਓ ਨੂੰ ਵੀਰੇ, ਤਾਂ ਕਿ ਇਸ ਗੁੰਡਾਗਰਦੀ ਰਾਜ ਨੂੰ ਬੰਦ ਕਰ ਸਕੀਏ।